ਆ ਭਾਈ ਸਾਹਮਣੇ ਆ ਰਹੀ ਮੂੰਜੀ ਨਜ਼ਰ ਦੇਖੋ ਭਾਈ, ਟੋਟਲੀ ਜਿਹੜੀ ਆ ਬਿਲਕੁਲ ਥੱਲੇ ਲੰਮੇ ਪੈ ਗਈ ਹੈ ਬਾਰਿਸ਼ ਨਾਲ, ਇੰਨੀ ਤਬਾਹੀ ਹੋ ਗਈ ਪਾਣੀ ਵਿੱਚ ਭਾਈ, ਖਲੋਤਾ ਫੁੱਟ ਫੁੱਟ ਪੂਰਾ। ਹੈਲੋ ਜੀ, ਅਸਲਾਮ ਅਲੈਕਮ, ਕੀ ਹਾਲ ਚਾਲ ਹੈ? ਮੇਰੇ ਤਮਾਮ ਲੋਕ ਖੈਰੋ ਆਫੀਅਸ ਹੋਣਗੇ, ਬਿਸਮਿਲ੍ਲਾ ਰਹਿਮਾਨ ਰਹੀਮ। ਪਰ ਅੱਜ ਕੱਲ੍ਹ ਵਲੌਗ ਕਰਦੇ ਹਾਂ ਜੀ ਸਟਾਰਟ, ਮਾਸ਼ਾਅੱਲਾ ਬੜਾ ਜ਼ਬਰਦਸਤ ਵਲੌਗ ਤੁਹਾਡੇ ਪੇਸ਼ ਕਰਦੇ। ਜਿਹੜੇ ਬੰਦੇ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਨਾਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਤਰ੍ਹਾਂ ਜਿਹੜੀ ਮੇਰੀ ਨਵੀਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਅਲਹਮਦੁਲਿਲਾ ਜੀ, ਮੈਂ ਅਮਰਬੇ ਪਹੁੰਚ ਗਿਆ। ਅੱਜ ਦਾ ਵਲੌਗ ਬੜਾ ਸਪੈਸ਼ਲ ਹੋਣ ਜਾ ਰਿਹਾ। ਉਹ ਭਾਈ ਕਿੱਦਾਂ ਸਪੈਸ਼ਲ ਹੋਣ ਜਾ ਰਿਹਾ, ਕਿਉਂਕਿ ਬਾਰਿਸ਼ ਤੁਹਾਨੂੰ ਦੱਸਿਆ 4 ਵਜੇ ਤੋਂ ਲੈ ਕੇ ਅਤੇ 7:30 ਵਜੇ ਤੱਕ ਹੋਈ ਆ ਬਾਰਿਸ਼ ਬਹੁਤ ਜ਼ਿਆਦਾ। ਅਤੇ ਮੈਂ ਭਾਈ ਜਿੱਦਾਂ ਹੀ ਬਾਰਿਸ਼ ਰੁਕੀ ਆ, ਮੈਂ ਪ੍ਰੋਗਰਾਮ ਬਣਾ ਕੇ ਭਾਈ ਚਲੀ ਗਿਆ ਮਰੱਬੇ, ਕਿਉਂਕਿ ਮਰੱਬੇ ਆਉਣ ਦਾ ਮਕਸਦ ਮੇਰਾ ਇਹ ਸੀ ਕਿ ਭਾਈ ਤੁਹਾਨੂੰ ਦਾ ਕੇ ਦਿਖਾਉਂਦੇ ਹਾਂ ਜਿਹੜੀ ਸਾਡੀ ਮੂੰਜੀ ਉਹਦੀ ਕੀ ਸੂਰਤ ਹਾਲ ਵਾ, ਬਾਕੀ ਜਿਹੜੀ ਵੀ ਯਾਨੀ ਓਵਰਆਲ ਸਾਰੀ ਸੂਰਤ ਹਾਲ ਦਿਖਾਉਂਦੇ ਹਾਂ, ਕਿਉਂਕਿ ਬਾਰਿਸ਼ ਦੇ ਨਾਲ ਤੂਫਾਨ ਬਹੁਤ ਜ਼ਿਆਦਾ ਸੀ ਅਤੇ ਇਸ 'ਤੇ ਜਿਹੜਾ ਵਾ ਅੱਜ ਕੱਲ੍ਹ ਬਾਰਿਸ਼ ਜਿਹੜੀ ਫਸਲ ਨੂੰ ਯਾਨੀ ਝੋਨੇ ਨੂੰ ਚੰਗੀ ਨਹੀਂ ਹੈ, ਨਾ ਹੀ ਭਾਈ ਤੂਫਾਨ, ਕਿਉਂਕਿ ਜਦੋਂ ਬਾਰਿਸ਼ ਹੁੰਦੀ ਨਾਲ ਫਿਰ ਹਵਾ ਬਹੁਤ ਜ਼ਿਆਦਾ ਤੇਜ਼ ਚੱਲਦੀ ਆ ਅਤੇ ਜਿਹੜੀ ਫਸਲ ਵਾ ਲੰਮੀ ਪੈ ਜਾਂਦੀ, ਯਾਨੀ ਝੋਨਾ ਜਿਹੜਾ ਅੱਜ ਕੱਲ੍ਹ ਮੇਨ ਫਸਲ ਉਹ ਲੰਮੀ ਪੈ ਜਾਂਦੀ ਹੈ। ਬਾਕੀ ਇਨਸ਼ਾਅੱਲਾ ਤਾਲਾ ਮਰੱਬੇ ਗਏ ਹਾਂ ਪਹੁੰਚ, ਸਾਰੀ ਸੂਰਤ ਹਾਲ ਤੁਹਾਨੂੰ ਦਿਖਾਉਂਦੇ ਹਾਂ ਆਪਣੀ ਮੂੰਜੀ ਦੀ ਵੀ, ਬਾਕੀ ਜਿਹੜੀ ਓਵਰਆਲ ਸਾਡੇ ਆਸੇ ਪਾਸੇ ਜਿਹੜੀ ਮੂੰਜੀ ਆ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਬਾਕੀ ਜਿਹੜੇ ਲੋਕਾਂ ਨੇ ਪੱਠੇ ਵਗੈਰਾ ਬੀਜੇ ਆ, ਬਹੁਤ ਜ਼ਿਆਦਾ ਨੁਕਸਾਨ ਜਿਹੜਾ ਕਮਾਦਾਂ ਨੂੰ ਹੀ ਹੋਇਆ ਵਾ, ਕਮਾਦ ਜਿਹੜੀ ਆ ਮੇਨ ਫਸਲ ਵਾ ਉਹ ਵੀ ਇਨਸ਼ਾਅੱਲਾ ਤਾਲਾ ਤੁਹਾਨੂੰ ਦਿਖਾਉਂਦੇ ਹਾਂ, ਉਹ ਵੀ ਅਸੀਂ ਦੇਖਦੇ ਆਏ ਹਾਂ ਰਸਤੇ 'ਚ, ਕਾਫੀ ਲੋਕਾਂ ਦੇ ਜਿਹੜੇ ਕਮਾਦ ਵਗੈਰਾ ਉਹ ਡਿੱਗੇ ਆ ਅਤੇ ਉਹ ਵੀ ਦਿਖਾਉਂਦੇ ਹਾਂ। ਬਾਕੀ ਮੇਨ ਮੂੰਜੀ ਆਪਣੀ ਮੂੰਜੀ ਦੀ ਵੀ ਸੂਰਤ ਹਾਲ ਦਿਖਾਉਂਦੇ ਹਾਂ, ਇਨਸ਼ਾਅੱਲਾ ਤਾਲਾ ਸਾਰੀ ਵੀਡੀਓ ਤੁਸੀਂ ਵੇਖਣੀ ਆ ਨਾਲ ਅਟੈਚ ਰਹਿਣਾ। ਚੈੱਕ ਕਰੋ ਭਾਈ, ਚਰੀ ਜਿਹੜੀ ਸਾਰੇ ਪੱਠੇ ਉਹ ਵੀ ਬਹੁਤ ਜ਼ਿਆਦਾ ਡੈਮੇਜ ਹੋ ਗਏ ਬਾਰਿਸ਼ ਨਾਲ, ਬਾਰਿਸ਼ ਹੋਈ ਬਹੁਤ ਜ਼ਿਆਦਾ। ਚੈੱਕ ਕਰੋ ਸਾਰੇ ਜਿਹੜੇ ਆ ਲੰਮੇ ਪਏ ਆ, ਬਾਕੀ ਮੂੰਜੀ ਦੀ ਸੂਰਤ ਹਾਲ ਦਿਖਾਉਂਦੇ ਜਾ ਕੇ। ਮਾਸ਼ਾਅੱਲਾ ਜੀ, ਅਲਹਮਦੁਲਿਲਾ, ਆਹ ਸੀ ਸਾਡਾ 6 ਕਨਾਲ ਦਾ ਪਲਾਟ, ਫਿਰ ਚੈੱਕ ਕਰ ਸਕਦੇ ਨਿਸਰਨ ਦੇ ਆ ਝੋਨਾ, ਅਤੇ ਬਾਕੀ ਅਲਹਮਦੁਲਿਲਾ ਇਹ ਬਿਲਕੁਲ ਠੀਕ ਵਾ, ਕਿਤੋਂ ਯਾਨੀ ਜਿਹੜਾ ਇੱਕ ਪੌਦਾ ਵੀ ਜਿਹੜਾ ਵਾ ਉਹ ਡਿੱਗਿਆ ਨਹੀਂ ਹੈ। ਮਾਸ਼ਾਅੱਲਾ ਚੈੱਕ ਕਰੋ, ਆਹ ਪੂਰਾ 6 ਕਨਾਲ ਦਾ ਪਲਾਟ ਵਾ। ਬਾਕੀ ਆਹ ਸਾਹਮਣੇ ਜਿਹੜਾ ਨਜ਼ਰ ਆ ਰਿਹਾ ਇਹ 2 ਕਨਾਲ ਦਾ ਪਲਾਟ ਸੀ ਅਤੇ ਇਹ ਤਾਂ ਭਾਈ ਚੈੱਕ ਕਰੋ ਡਿੱਗ ਪਿਆ, ਐਂਡ ਤੋਂ ਬਹੁਤ ਭਾਰਾ ਸੀ ਝੋਨਾ, ਇੱਥੋਂ ਤਾਂ ਬਿਲਕੁਲ ਲੰਮੇ ਪੈ ਗਿਆ ਵਾ, ਇਹਦਾ ਹੁਣ ਕੀ ਕਰੀਏ ਬਾਰਿਸ਼ ਨਾਲ। ਆਹ ਦੇਖੋ ਇੱਥੋਂ ਤਕਰੀਬਨ ਯਾਨੀ ਐਵਰੇਜ ਸੀ, ਯਾਨੀ ਨਾ ਇੰਨਾ ਚੰਗਾ ਬੂਟਾ ਬਣਿਆ ਸੀ ਨਾ ਹੀ ਇੰਨਾ ਮਾੜਾ ਸੀ, ਇਹ ਤਕਰੀਬਨ ਬਚਿਆ ਵਾ। ਬਾਕੀ ਇੱਥੋਂ ਬੜਾ ਵਧੀਆ ਝੋਨਾ ਸੀ, ਯਾਨੀ ਚੰਗਾ ਭਾਰਾ ਸੀ, ਕੋਈ 2-4 ਦਿਨ ਪਹਿਲਾਂ ਨਹਿਰ ਦਾ ਪਾਣੀ ਲੱਗਾ ਵਾ, ਪਤਾ ਨਹੀਂ ਹੁਣ ਉਹਦਾ ਕਰਕੇ ਡਿੱਗਿਆ ਹੈ। ਬਾਕੀ ਵੀ ਨਹਿਰ ਦਾ ਪਾਣੀ ਉਹ ਪਰਲੇ ਪਲਾਟ ਨੂੰ ਵੀ ਲੱਗਾ ਸੀ, ਲੇਕਿਨ ਉਹ ਨਹੀਂ ਡਿੱਗਿਆ ਹੈ। ਜਿੱਥੋਂ ਜਿੱਥੋਂ ਯਾਨੀ ਝੋਨਾ ਚੰਗਾ ਸੀ ਨਾ ਉੱਥੋਂ ਉੱਥੋਂ ਵੱਢਿਆ। ਆਹ ਦੇਖੋ ਆਹ ਸਾਈਡ ਵੀ ਜਿਹੜੀ ਹੈ ਨਾ ਇਹ ਭਾਰੀ ਸੀ, ਇੱਥੋਂ ਵੀ ਉੱਲ ਰਿਹਾ ਠਾਣ, ਬਾਕੀ ਇੱਥੋਂ ਵੀ ਬਹੁਤ ਜ਼ਿਆਦਾ ਚੰਗਾ ਸੀ। ਆਹ ਦੇਖੋ ਇੱਥੇ ਹੀ ਸਾਹਮਣੇ ਜਿਹੜਾ ਸਾਰਾ ਇੱਕ ਪਾਸੇ ਨੂੰ ਉੱਲਰ ਗਿਆ, ਇੱਥੋਂ ਕਾਫੀ ਨਿਸਰਿਆ ਝੋਨਾ। ਦੇਖੋ
ਭਾਈ, ਪਾਣੀ ਬਹੁਤ ਜ਼ਿਆਦਾ ਵਾ ਫਿਲਹਾਲ। ਬਾਕੀ ਦੇਖਦੇ ਹੁਣ ਕੀ ਕਰਨਾ ਇਹਨਾਂ ਦਾ। ਸਾਡਾ ਭਾਈ ਆ ਨੱਕਾ ਵੀ ਖੁੱਲ੍ਹਾ ਸੀ, ਅਤੇ ਬਾਕੀ ਇਹ ਨੱਕਾ ਹੁਣ ਖਾਲ 'ਚ ਲੱਗੀ ਫੁੱਲ ਡਾਫ, ਉਹ ਸਾਹਮਣੇ ਠਲ ਰੋੜਦੇ ਹਾਂ, ਠਲ ਰੋੜ ਕੇ ਰਾ ਪਾਣੀ ਜਿਹੜਾ ਗਾਂਹ ਚੱਲ ਜੂਗਾ, ਅਤੇ ਇਸ ਲਈ ਥੋੜ੍ਹਾ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਆਹ ਸਾਡਾ ਦੋ ਕਨਾਲ ਦਾ ਜਿਹੜਾ ਪਲਾਟ ਵਾ ਇਹ ਨੀਵਾਂ ਵਾ, ਯਾਨੀ ਜਿਹੜਾ ਵਾ ਖਾਲ ਉੱਚਾ ਵਾ, ਅਤੇ ਇਹ 'ਚੋਂ ਲਾਸਟ ਟਾਈਮ ਅਸੀਂ ਮਿੱਟੀ ਚੁਕਾਈ ਸੀ, ਇਸ ਕਰਕੇ ਇਹਨੇ ਨੀਵਾਂ ਸੀ, ਅਤੇ ਇਹ ਭਾਈ ਇਹ 'ਚ ਪਾਣੀ ਬਹੁਤ ਜ਼ਿਆਦਾ ਜਮ੍ਹਾਂ ਹੋਇਆ ਵਾ। ਅਸੀਂ ਟਰਾਈ ਕਰਦੇ ਹਾਂ ਕਿ ਪਾਣੀ ਜਿਹੜਾ ਵਾ ਕਿਸੇ ਤਰ੍ਹਾਂ ਜਿਹੜਾ ਵਾ ਉਹ ਬਾਹਰ ਕੱਢੀਏ, ਯਾਨੀ ਸਾਰਾ ਤਾਂ ਨਹੀਂ ਅਸੀਂ ਹੁਣ ਕੱਢ ਸਕਦੇ, ਲੇਕਿਨ ਜਿੰਨਾ ਕੁ ਨਿਕਲ ਸਕਦਾ ਵਾ ਉਨਾ ਇਨਸ਼ਾਅੱਲਾ ਤਾਲਾ ਕੱਢਦੇ ਹਾਂ। ਪਾਣੀ ਭਾਈ ਅਸੀਂ ਚੈੱਕ ਕਰ ਲਿਆ, ਬਾਕੀ ਆਖਿਆ ਸੀ ਨਾ ਭਾਈ ਮੌਸਮ ਕਲੀਅਰ ਹੋ ਜਾਣਾ ਵਾ, ਮੌਸਮ ਵੱਲ ਧੁੱਪ ਨਿਕਲ ਆਈ ਆ, ਅਤੇ ਬਾਕੀ ਪਾਣੀ ਬਹੁਤ ਜ਼ਿਆਦਾ ਵਾ ਦੋ ਕਨਾਲ ਦੇ ਪਲਾਟ 'ਚ, ਆੜਾ ਲੰਮੇ ਪਿਆ ਵਾ, ਯਾਨੀ ਇਹਦੇ ਵਿੱਚੋਂ ਚੈੱਕ ਕਰੋ ਇੱਥੋਂ ਵੀ ਬਹੁਤ ਜ਼ਿਆਦਾ ਡਿੱਗਿਆ ਵਾ, ਬਾਕੀ ਉਹ ਐਂਡ ਤੋਂ ਵੀ ਬਹੁਤ ਜ਼ਿਆਦਾ ਜਿਹੜਾ ਵਾ ਇਹ ਯਾਨੀ ਇਹ ਤੋਂ ਜ਼ਿਆਦਾ ਜਿਹੜਾ ਦੋਨਾਂ ਥਾਂ ਜਿਹੜਾ ਨਾ ਐਂਡ ਤੋਂ ਡਿੱਗਿਆ ਵਾ, ਇਸ ਲਈ ਹੁਣ ਪਾਣੀ ਬਹੁਤ ਜ਼ਿਆਦਾ ਵਾ। ਅਸੀਂ ਸੋਚਿਆ ਚਲੋ ਪਾਣੀ ਕੱਢਦੇ ਹਾਂ, ਨੱਕਾ ਇਹਦਾ ਖੁੱਲ੍ਹਾ ਸੀ ਅਤੇ ਹੁਣ ਉਹ ਖਾਲ ਦੀ ਲੱਗੀ ਆ ਡਾਫ ਬਿਲਕੁਲ, ਅਤੇ ਜਿਹੜਾ ਖਾਲ ਉਹ ਜ਼ਰਾਰ ਗਿਆ ਵਾ, ਉਹ ਭਾਈ ਠਲ ਨੂੰ ਅੱਗੇ ਰੋੜਦਾ ਵਾ, ਠਲ ਲੱਗੀ ਉਹ ਅੱਗੇ ਥੋੜ੍ਹਾ ਕਰਕੇ ਅੱਗੇ ਰੋੜ ਪਾਣੀ ਜਿਹੜਾ ਅੱਗੇ ਮੂਵ ਕਰ ਦਿਓ ਸਾਰਾ, ਅਤੇ ਫਿਰ ਬਾਕੀ ਜਿੰਨਾ ਕੁ ਪਾਣੀ ਅਸੀਂ ਈਜ਼ੀਲੀ ਕੱਢ ਸਕਦੇ ਹਾਂ ਨਾ ਇਹਦੇ 'ਚੋਂ, ਅਤੇ ਉਹ ਅਸੀਂ ਕੱਢਦੇ ਹਾਂ। ਕਿਉਂਕਿ ਪਾਣੀ ਜਿਹੜਾ ਵਾ ਹੁਣ ਇੰਨਾ ਚੰਗਾ ਨਹੀਂ ਹੈ ਵਿੱਚ, ਕਿਉਂਕਿ ਆਲਰੇਡੀ ਕੋਈ ਦੋ ਚਾਰ ਦਿਨ ਪਹਿਲਾਂ ਅਸੀਂ ਪਾਣੀ ਲਿਆਇਆ ਸੀ, ਹੁਣ ਤਾਂ ਪਾਣੀ ਦੀ ਇੰਨੀ ਜ਼ਰੂਰਤ ਵੀ ਨਹੀਂ ਹੈ ਮੂੰਜੀ ਨੂੰ। ਅਲਹਮਦੁਲਿਲਾ ਜੀ, ਅਲਹਮਦੁਲਿਲਾ, ਮੂੰਜੀ ਅਸੀਂ ਆਪਣੀ ਦੇਖ ਲਈ ਆ, 6 ਕਨਾਲ ਦਾ ਪਲਾਟ ਬਿਲਕੁਲ ਸਹੀ ਆ, ਬਾਕੀ ਜਿਹੜਾ 2 ਕਨਾਲ ਦਾ ਪਲਾਟ ਵਾ ਨਾ ਉਹ ਬਸ ਹੁਣ ਜਿੱਦਾਂ ਅੱਲਾਹ ਤਾਲਾ ਕਰਦੇ ਬਿਹਤਰ ਕਰਦੇ, ਬਾਕੀ ਬਾਰਿਸ਼ ਹੋਈ ਉਹਦੇ ਨਾਲ ਬਹੁਤ ਜ਼ਿਆਦਾ ਡੈਮੇਜ ਹੋਇਆ ਵਾ, ਅਤੇ ਅਲਹਮਦੁਲਿਲਾ ਫਿਰ ਵੀ ਬਚਤ ਹੋ ਗਈ ਆ, ਕਿਉਂਕਿ ਸਾਡਾ ਜਿਹੜਾ 2 ਕਨਾਲ ਦਾ ਪਲਾਟ ਸੀ ਨਾ ਇਹਦੇ 'ਚ ਜਿਹੜੀ ਮੂੰਜੀ ਸੀ ਨਾ ਉਹ ਭਾਰੀ ਸੀ, ਅਤੇ ਅਸੀਂ ਸੋਚਿਆ ਸੀ ਸਾਡਾ ਜਿਹੜਾ ਮੈਂ ਜ਼ੇਨ ਬਣਾਇਆ ਸੀ ਵੀ ਜਿਹੜੀ ਤਕਰੀਬਨ ਜਿਹੜੀਆਂ ਭਾਰੀਆਂ ਮੂੰਜੀਆਂ ਵਾ ਨਾ ਉਹ ਭਾਈ ਲੰਮੇ ਪੈ ਗਈਆਂ ਵਾ ਬਾਰਿਸ਼ ਨਾਲ, ਅਤੇ ਮੈਂ ਸੋਚਿਆ ਸੀ ਵੀ ਬਹੁਤ ਜ਼ਿਆਦਾ ਜਿਹੜੀ ਆ ਲੰਮੇ ਪਈ ਹੋਣੀ ਆ, ਲੇਕਿਨ ਮੇਰੀ ਜਿਹੜੀ ਐਕਸਪੈਕਟੇਸ਼ਨ ਉਹ ਤੋਂ ਜਿਹੜਾ ਘੱਟ ਹੀ ਆ। ਬਾਕੀ ਅਲਹਮਦੁਲਿਲਾ ਜੋ ਵੀ ਆ, ਕਈਆਂ ਭਾਈ ਕਈਆਂ ਦੀਆਂ ਰਾਹ ਦੇਖਦੇ ਆਏ ਹਾਂ ਜਿਹੜੇ ਸਾਰੇ ਸਾਰੇ ਚਾਰ ਚਾਰ ਕਨਾਲ ਦੇ ਪਲਾਟ ਪੈਲੀ ਪੈਲੀ ਦੇ ਪਲਾਟ ਆ ਜਿਹੜੇ ਆ ਭਾਈ ਉਹ ਲੰਮੇ ਪਏ ਆ। ਬਾਕੀ ਜੋ ਵੀ ਆ ਅੱਲਾਹ ਤਾਲਾ ਬਿਹਤਰ ਕਰਦੇ ਭਾਈ, ਹੁਣ ਜੋਬ ਅਗਰ ਸਾਰੀ ਲੰਮੇ ਪੈ ਜਾਂਦੀ ਤਾਂ ਫਿਰ ਕੀ ਅਸੀਂ ਕਰ ਲੈਣਾ, ਇਸ ਲਈ ਅੱਲਾਹ ਤਾਲਾ ਸ਼ੁਕਰ ਅਦਾ ਕਰਨਾ ਚਾਹੀਦਾ। ਅਲਹਮਦੁਲਿਲਾ ਜਿਹੜਾ ਵਾ ਮੂੰਜੀ ਦੀ ਜਿਹੜੀ ਸੂਰਤ ਹਾਲ ਸਾਰੀ ਦਿਖਾ ਤੀ, ਪਾਣੀ ਹੁਣ ਹੋਰ ਨਹੀਂ ਲਾਉਣਾ ਪੈਣਾ ਹੈ ਕਿਉਂਕਿ ਪਾਣੀ ਜਿਹੜਾ ਆਖਰੀ ਸੀ ਉਹ ਬਾਰਿਸ਼ ਦਾ ਭਾਈ ਲੱਗ ਗਿਆ ਵਾ। ਬਾਕੀ ਆਹ ਚੈੱਕ ਕਰੋ, ਆਹ ਲੱਗ ਗਏ ਇੱਧਰ ਵੀ ਭਾਈ, ਠੀਕ ਹੈ ਵਾ। ਚਲੋ ਜੀ ਆਹ ਚੈੱਕ ਕਰੋ, ਆਹ ਸਾਡਾ ਜਿਹੜਾ 6 ਕਨਾਲ ਦਾ ਪਲਾਟ ਆ ਇਹ ਬਿਲਕੁਲ ਨਿਸਰਿਆ, ਯਾਨੀ ਇਹ ਫੁਪੜੀ ਲਾਈ ਆ, ਯਾਨੀ ਇਹ ਨਿਸਰਿਆ ਵਾ। ਇਹਦੇ ਲਈ ਬਾਰਿਸ਼ ਜਿਹੜੀ ਆ ਨਾ, ਯਾਨੀ ਠੀਕ ਵਾ ਚਲੋ ਇਹਨੂੰ ਪਾਣੀ ਦੀ ਜ਼ਰੂਰਤ ਸੀ, ਚਲੋ ਬਾਰਿਸ਼ ਹੋ ਗਈ ਆ ਕੋਈ ਮਸਲਾ ਨਹੀਂ, ਲੇਕਿਨ ਆਹ ਚੈੱਕ ਕਰੋ ਆਹ ਵਾ ਕਾਇਨਾਤ ਇੱਧਰ ਨਾਲ ਹੀ ਸਾਡੇ ਪਲਾਟ ਦੇ, ਇਹ ਕਾਇਨਾਤ ਵਾ। ਇਹਦੇ ਲਈ ਜਿਹੜੀ ਆ ਹੁਣ ਬਾਰਿਸ਼ ਨਹੀਂ ਚੰਗੀ ਹੈ, ਕਿਉਂਕਿ ਮੂੰਜੀਆਂ ਪਹਿਲੋਂ ਬਾਰਿਸ਼ਾਂ ਹੋਈਆਂ ਵਾ ਅਤੇ ਅਲਹਮਦੁਲਿਲਾ ਮੂੰਜੀਆਂ ਬੜੀਆਂ ਬਣੀਆਂ ਵਾ, ਇਸ ਲਈ ਹੁਣ ਨਿਸਰਨ ਦੇ ਮਰਹਲ 'ਤੇ ਆਈਆਂ ਵਾ। ਇਸ ਲਈ ਜਿੱਦਾਂ ਦੇਖੋ ਆਹ ਡਿੱਗ ਪਈ ਆ ਮੂੰਜੀ ਹੁਣ, ਅਤੇ ਇਸ ਲਈ ਬਾਰਿਸ਼ ਚੰਗੀ ਨਹੀਂ ਹੈ। ਬਾਰਿਸ਼ ਚਲੋ ਹੋ ਜਾਵੇ ਨਾਲ ਜਿਹੜੀ ਹਵਾ ਤੇਜ਼ ਹੁੰਦੀ ਆ ਨਾ ਉਹ ਫਿਰ ਜਿਹੜੀ ਮੂੰਜੀ ਆ ਨਾ ਉਹਨੂੰ ਡੈਮੇਜ ਕਰਦੀ ਆ। ਬਾਕੀ ਦੇਖ ਲਓ ਤੁਸੀਂ ਚੈੱਕ ਕਰੋ ਜਿਹੜੀ ਆ ਸੁਪਰੀ ਆ ਅਤੇ 09 ਵਾ, ਆਹ ਚੈੱਕ ਕਰੋ ਆਹ ਟੋਟਲੀ ਜਿਹੜਾ ਤੁਹਾਨੂੰ ਮੈਂ ਸਾਡੇ ਤੋਂ ਅਗਲਾ ਜਿਹੜਾ ਪਲਾਟ ਵਾ ਨਾ ਉਹ ਵੀ 4 ਕਨਾਲ ਦਾ ਵਾ, ਅਤੇ ਉਹ ਵੀ ਜਿਹੜਾ ਵਾ ਸੁਪਰੀ ਆ ਉਹ ਵੀ ਨਿਸਰ ਗਿਆ ਵਾ। ਅਤੇ ਬਾਕੀ ਆਹ ਜਿਹੜਾ ਵਾ ਕਾਇਨਾਤ ਇਹਨੂੰ ਥੋੜ੍ਹਾ ਮਸਲਾ ਵਾ, ਯਾਨੀ ਇਹ ਵੀ ਜਿੰਨਾ ਚਲੋ ਯਾਨੀ ਜਿਸ ਜਿਹਨਾਂ ਲੋਕਾਂ ਦੀ ਲੋਜਿੰਗ ਹੋ ਗਈ ਯਾਨੀ ਡਿੱਗ ਪਈ ਆ ਫਸਲ ਜਿਹਨਾਂ ਦੀ ਉਹਨਾਂ ਨੂੰ ਥੋੜ੍ਹਾ ਮਸਲਾ ਵਾ, ਬਾਕੀ ਜਿਹਨਾਂ ਦੀ ਖੜੀ ਆ ਉਹਨਾਂ ਨੂੰ ਕੋਈ ਨਹੀਂ, ਚਲੋ ਪਾਣੀ ਦਾ ਉਹਨਾਂ ਦੀ ਜਿਹੜੀ ਬਚਤ ਹੋ ਗਈ, ਆਖਰੀ ਆਖਰੀ ਤਕਰੀਬਨ ਪਾਣੀ ਲਾਉਣਾ ਸੀ ਅਤੇ ਉਹ ਹੁਣ ਲਾਉਣਾ। ਬਾਕੀ ਆਹ ਚੈੱਕ ਕਰ ਲਓ ਭਾਈ ਕਮਾਦ,
ਦੇਖੋ ਇਸੇ ਤਰ੍ਹਾਂ ਜਿਹੜੇ ਜਿਹੜੇ ਕਮਾਸ ਸੀ ਨਾ ਸਾਰੇ ਇੱਦਾਂ ਹੀ ਡਿੱਗੇ ਪਏ ਆ। ਹਾਂ ਦੇਖੋ ਚੈੱਕ ਕਰੋ ਜੀ, ਸਾਰਾ ਇਹ ਕਾਇਨਾਤ ਵਸ ਤੋੜੋ ਤੋੜੀ ਨਜ਼ਰ ਆ ਰਿਹਾ, ਇਹ ਬਿਲਕੁਲ ਠੀਕ ਆ। ਕਿਤੋਂ ਇੱਕ ਤੀਲਾ ਨਹੀਂ ਡਿੱਗਿਆ, ਆ ਵੀ ਠੀਕ ਹੈ ਤਕਰੀਬਨ। ਆਹ ਇੱਧਰ ਨਜ਼ਰ ਆ ਰਿਹਾ, ਇਹ ਵੀ ਬਿਲਕੁਲ ਵਧੀਆ ਠੀਕ ਹੈ। ਵਿੱਚ ਵਿੱਚ ਕਿਤੇ ਕਿਤੇ ਥੋੜ੍ਹਾ ਥੋੜ੍ਹਾ ਡਿੱਗਿਆ,